ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਮੋਗਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਹਰਜੋਤ ਕਮਲ ਦੀ ਚੋਣ ਮੁਹਿੰਮ ਨੂੰ ਅੱਗੇ ਵਧਾਉਣ ਲਈ ਦਿੱਲੀ ਤੋਂ ਪਾਰਟੀ ਦੇ ਮੈਂਬਰ ਤੇ ਸੰਸਦ ਮੈਂਬਰ ਅੰਸਰਾਜ ਹੰਸ ਨੇ ਮੰਗਲਵਾਰ ਨੂੰ ਮੋਗਾ ਵਿਖੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਅਤੇ ਪੰਜਾਬ ਸਮੇਤ ਦਿੱਲੀ 'ਚ ਨਰਿੰਦਰ ਮੋਦੀ ਨੂੰ ਮਜ਼ਬੂਤ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਹੈ। ਇਸ ਨਾਲ ਹੀ ਹੰਸਰਾਜ ਹੰਸ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੜ ਮੁੱਖ ਮੰਤਰੀ ਦਾ ਚਿਹਰਾ ਕਰਾਰ ਦਿੰਦਿਆਂ ਕਾਂਗਰਸ ਪਾਰਟੀ ਤੇ ਚੁਟਕੀ ਲੈਂਦਿਆਂ ਕਿਹਾ ਕਿ ਚੰਨੀ ਮਾਈਨਿੰਗ ਨਾਲ ਜੁੜੇ ਹੋਏ ਹਨ, ਇਸ ਲਈ ਲੋਕਾਂ ਨੂੰ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਮੈਂਬਰ ਪਾਰਲੀਮੈਂਟ ਹੰਸਰਾਜ ਹੰਸ ਨੇ ਦਿੱਲੀ ਦੇ ਮੌਜੂਦਾ ਕੇਜਰੀਵਾਲ ਮਾਡਲ ਤੇ ਵੀ ਸਵਾਲੀਆ ਨਿਸ਼ਾਨ ਉਠਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਕਦੇ ਵੀ ਕੇਜਰੀਵਾਲ ਮਾਡਲ ਨੂੰ ਪੰਜਾਬ 'ਚ ਲਾਗੂ ਨਹੀਂ ਹੋਣ ਦੇਣਗੇ। ਔਰ ਮੈਂ ਬੇਨਤੀ ਕਰਨ ਆਇਆ ਕਿ ਪ੍ਰੈਕਟੀਕਲੀ ਅਗਰ ਅਸੀਂ ਸੋਚਦੇ ਹਾਂ ਤੇ ਜਿਹੜੀ ਸਰਕਾਰ ਸੈਂਟਰ ਵਿੱਚ ਹੈ ਜਿਸ ਪਾਰਟੀ ਦੀ, ਉਸੇ ਪਾਰਟੀ ਦੀ ਸੂਬੇ 'ਚ ਹੋਵੇ ਤਾਂ ਜ਼ਿਆਦਾ ਅੱਛੀ ਗੱਲ ਹੈ। ਬਹੁਤ ਸ਼ਾਨਦਾਰ, ਅਸੀਂ ਵੀ ਇੱਕ ਵੱਡਾ ਪ੍ਰੋਗਰਾਮ ਵੀ ਕੀਤਾ ਜਿੰਨੇ ਕੁ ਇਜਾਜ਼ਤ ਹੈ, ਉਸ ਡਿਸਿਪਲਿਨ 'ਚ ਰਹਿ ਕੇ ਫਿਰ ਪੂਰੇ ਮੋਗੇ ਦੇ ਬਾਜ਼ਾਰਾਂ ਵਿੱਚ ਵੀ ਘੁੰਮੇ ਹਾਂ। ਲੋਕ ਬਹੁਤ ਐਕਸਾਈਟਡ ਆ, ਬਹੁਤ ਅੱਛੀ ਤਰ੍ਹਾਂ ਬੋਡੀ ਲੈਂਗੁਏਜ ਤੋਂ ਉਹਨਾਂ ਦੇ ਵੇਵਸ ਕਰਨ ਤੋਂ ਪਤਾ ਲੱਗ ਜਾਂਦਾ ਹੈ। ਇਹ ਫਾਇਦਾ ਜਿਹੜਾ ਵੀ ਇਹ ਗੱਲ ਕਰ ਰਿਹਾ ਉਹਦਾ ਮਤਲਬ ਇਹੀ ਆ ਇੰਜਨ ਡਬਲ ਦਾ ਕਿ ਜਿਹੜੀ ਸੈਂਟਰ 'ਚ ਪਾਰਟੀ ਆ ਉਹੀ ਸੂਬੇ 'ਚ ਹੋਏਗੀ ਅਤੇ ਡਿਵੈਲਪਮੈਂਟ ਫਿਰ ਹੋਏਗੀ। ਦੇਸ਼ ਦੁਨੀਆਂ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ ਯੂਟਿਊਬ 'ਤੇ ਸੱਚ ਕਹੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦੱਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।